ਕਾਲਜਾਂ 'ਚ ਬੱਚੇ ਪੜਨ ਆਉਂਦੇ ਨੇ ਪਰ ਆ ਕੇ ਰਿਫਿਊਜੀ ਸ਼ਰਮ ਦੇ ਵਿੱਚ ਇਹਨਾਂ ਵਾਅਦਾ ਕਿਉਂ ਮਿਲਦਾ ਪਿਆ ਕਿ ਸੌਖਾ ਹੋ ਗਿਆ ਕੁਝ ਸਰਕਾਰ ਨੇ ਸਖਾਲਾ ਕਰਤਾ ਸਟੂਡੈਂਟਸ ਨੂੰ ਜਿਹੜੇ ਕੈਨੇਡਾ ਦੇ ਵਿੱਚ ਦਾਖਲ ਹੁੰਦੇ ਨੇ ਉਹਨਾਂ ਨੂੰ ਕੋਈ ਰਾਹ ਨਹੀਂ ਲੱਭ ਰਿਹਾ ਵੀ ਅਸੀਂ ਇਮੀਗ੍ਰੇਸ਼ਨ ਲੈਣੀ ਕਿਵੇਂ ਕਿਉਂਕਿ ਉਹ ਇੰਟੈਂਟ ਤਾਂ ਹੁੰਦਾ ਹੀ ਹੈ ਉਹਨਾਂ ਦਾ ਵੀ ਇੰਟੈਂਟ ਹੈ ਵੀ ਉਹ ਕੈਨੇਡਾ ਆ ਕੇ ਇਮੀਗ੍ਰੇਸ਼ਨ ਹਾਸਲ ਕਰ ਬਟ ਟੈਸਟ ਬਹੁਤ ਬਹੁਤ ਲੋ ਰੱਖਿਆ ਹੋਇਆ ਹੈ ਸੌਖਾ ਸੌਖਾ ਜੇ ਤੁਸੀਂ ਮੀਟ ਕਰਨਾ ਉਹ ਟੈਸਟ अच्छा वो शौक है ना था कोई पॉइंट सिस्टम है तो ये साबित करना है कि ਤੁਹਾਡੇ ਕੋ ਕੋਈ ਸਟੇਟ ਪ੍ਰੋਟੈਕਸ਼ਨ ਨਹੀਂ ਹੈਗੀ ਔਰ ਤੁਹਾਨੂੰ ਪ੍ਰੋਟੈਕਸ਼ਨ ਦੀ ਰਿਕੁਆਇਰਮੈਂਟ ਹੈ ਰਿਫਿਜੀ ਜਿਹੜੀਆਂ ਐਪਲੀਕੇਸ਼ਨਸ ਨੇ ਉਹ ਸਕਸੈਸਫੁਲ ਵੀ ਹੋ ਰਹੀਆਂ ਨੇ ਜੀ ਕਰਕੇ ਇੱਕ ਦੀ ਐਪਲੀਕੇਸ਼ਨ ਸਕਸੈਸਫੁਲ ਹੁੰਦੀ ਹੈ ਤਾਂ 50 ਬੰਦੇ ਹੁੰਦੇ ਹੁੰਦੇ ਜਦੋਂ 50 ਬੰਦੇ ਲਾਈਨ ਅਪ ਕਰਦੇ ਨੇ ਉਹ ਰੀਸੈਂਟਲੀ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਨੰਬਰ ਮੇਰੇ ਖਾਲ 15 ਤੋਂ 20000 ਪੱਕਾ ਪਹੁੰਚ ਚੁੱਕਿਆ ਕੈਨੇਡਾ ਦੇ ਵਿੱਚ ਜਿਹੜੇ ਹੁਣ ਤੱਕ ਰਿਫਿਊਜੀ ਸ਼ਰਨ ਲੈ ਚੁੱਕੇ ਆ ਆਏ ਇੱਥੇ ਪੜਨ ਪਰ ਅਸੀਂ ਸਿਰਫ ਇੱਕ ਉਹ ਵੀ ਭੇਡ ਚਾਲ ਦੇ ਵਿੱਚ ਹੀ ਚੱਲ ਚੱਲ ਕੇ ਆਪਣੀ ਪੜ੍ਹਾਈ ਸਾਰਾ ਕੁਝ ਪਿੱਛੇ ਛੱਡ ਕੇ ਤੇ ਕੱਲੀ ਪੀਆਰ ਹੀ ਸਾਰਾ ਕੁਝ ਥੋੜਾ ਹੋ ਗਿਆ ਜਾਂ ਸਿਰਫ ਪੱਕਿਆ ਹੋਣਾ ਹੀ ਸਾਰਾ ਕੁਝ ਕਿੱਦਾਂ ਹੋ ਗਿਆ ਸਟੂਡੈਂਟ ਨੂੰ ਇਹ ਲਾਲਚ ਹੁੰਦਾ ਵੀ ਮੈਂ ਇਹ ਕੰਟਰੀ 'ਚ ਆਇਆ ਹੋਇਆ ਜੇ ਬਜਾਇ ਮੈਂ 40000 ਫੀਸ ਭਰੂੰਗਾ ਤੇ ਮੈਂ ਜਿਹੜੇ ਮੇਰੇ ਸੀਨੀਅਰ ਨੇ ਉਹਨਾਂ ਨੂੰ ਮੈਂ ਹਾਲ ਦੇਖਿਆ ਵੀ ਉਹਨਾਂ ਨੂੰ ਡਿਗਰੀਆਂ ਤਾਂ ਫੜਾਤੀਆਂ ਪਰ ਡਿਗਰੀਆਂ ਦੀ ਵੈਲਿਊ ਕੋਈ ਨਹੀਂ ਹੈਗੀ ਕਿ ਕੈਨੇਡਾ ਚੋਂ ਜੌਬ ਨਹੀਂ ਮਿਲਲੀ ਪਲੱਸ ਉਹਨੂੰ ਇਮੀਗ੍ਰੇਸ਼ਨ ਨਹੀਂ ਮਿਲ ਰਹੀ ਉਹ ਖੁਦ ਦਰਦਰ ਦੀ ਠੋਕਰਾਂ ਖਾ ਰਹੇ ਨੇ ਤੋਂ ਮੈਂ ਇਹ ਰਸਤਾ ਕਿਉਂ ਬਣਾਵਾ ਉਹ ਫਿਊਜੀ ਦੇ ਨੰਬਰਸ ਫਿਰ ਹੋਰ ਵੀ ਵਧਣਗੇ ਜੀ ਬਿਲਕੁਲ ਭਾਈ ਜੀ ਹਲੇ ਤਾਂ ਸਰਕਾਰ ਜਦੋਂ ਇਹ ਅਨਾਉਂਸਮੈਂਟਸ ਕਰਦੀ ਹੈ ਇੱਕ ਹੋਰ ਵੀ ਬੜੀ ਪ੍ਰੋਬਲਮ ਆਉਣ ਲੱਗੀ ਹੈ ਜੇ ਸਰਕਾਰ ਨੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਾ ਐਕਸਟੈਂਡ ਕੀਤਾ ਬਲੈਂਕਟ ਅਪਰੂਵਲ ਨਾ ਦਿੱਤੀ ਤਾਂ ਲੱਖਾਂ ਹੀ ਸਟੂਡੈਂਟ ਹੈ ਬਾਈ ਜੀ ਜਿਹੜਾ ਜਿਹਨੂੰ ਜਿਹਨੂੰ ਆਪਣਾ ਸਟੇਟਸ ਬਚਾਉਣ ਲਈ ਪੰਜ ਰਸਤੇ ਬਣਾਉਣੇ ਪੈਣਗੇ ਉਹਨਾਂ ਚੋਂ ਇੱਕ ਰਸਤਾ ਇਹ ਵੀ ਹੋ ਸਕਦਾ ਹੈ ਵੀ ਉਹ ਸੋਚਣ ਵੀ ਅਸੀਂ ਕਿਉਂ ਆਪਣਾ ਵਿਜ਼ਟ ਐਕਸਟੈਂਸ਼ਨ ਲਾਉਣੀ ਹੈ ਕਿਉਂ ਨਵੀਂ ਐਲ ਐਮ ਆਈ ਲੈਣੀ ਹੈ ਕਿ ਉਹ ਅਸੀਂ ਵੀ ਐਨ ਪੀ ਦੇ ਥਰੂ ਜਾਣਾ ਹੈ ਆਪਾਂ ਚੁੱਪ ਚੁਪੀ ਤੇ ਰਿਫਿਜੀ ਐਪਲੀਕੇਸ਼ਨ ਕਰੋ ਔਰ 4 ਜਾਂ 5 ਸਾਲ ਦੀ ਆਪਣੀ ਕੈਨੇਡਾ ਚ ਸਟੇ ਹੋਗੀ ਔਰ ਆਪਾਂ ਉਹੀ ਸਾਰੇ ਪਰਕਸ ਇੰਜੋਏ ਕਰਾਂਗੇ ਤਾਂ ਜੇ ਸਾਨੂੰ 5 ਸਾਲਾਂ ਬਾਅਦ ਕੱਢ ਵੀ ਤੇ ਜਾਊਗਾ ਆਪਾਂ ਇਨਾਫ ਪੈਸੇ ਕਮਾ ਲਾਂਗੇ ਆਪਾਂ ਹਿੰਦੁਸਤਾਨ ਜਾ ਕੇ ਆਪਣਾ بزنس ਸਟਾਰਟ ਕਰ ਲਾਂਗੇ ਇਹ ਵੀ ਇੱਕ ਥਾਟ ਪ੍ਰੋਸੈਸ ਮੈਂ ਨਹੀਂ ਕਹਿੰਦਾ ਕਰੋ ਅਮੀਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਹੀ ਬਹੁਤ ਸਵਾਗਤ ਮੈਂ ਜੋਗਰਾ ਸਿੰਘ ਕਾਲੂ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਇਮੀਗ੍ਰੇਸ਼ਨ ਦੇ ਨਾਲ ਸੰਬੰਧੀ ਪਰ ਗੱਲ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਨਾਲ ਸੰਬੰਧੀ ਕਰਾਂਗੇ ਗੱਲ ਕੈਨੇਡਾ ਦੇ ਵਿੱਚ ਵਧ ਰਹੇ ਰਿਫਿਊਜੀ ਕੇਸਾਂ ਦੀ ਕਰਾਂਗੇ ਕਿ ਆਖਰਕਾਰ ਇਹ ਜਿਹੜੀ ਗਿਣਤੀ ਰਿਫਿਊਜੀ ਕੇਸਾਂ ਦੇ ਵਿੱਚ ਵਧ ਰਹੀ ਆ ਉਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਕੀ ਰੌਲਾ ਰੱਪਾ ਚੱਲਦਾ ਪਿਆ ਹੈ ਜਿਹੜੇ ਨੰਬਰ ਕੁਝ ਚਾਰਟਸ ਕੁਝ ਲਿਸਟਾਂ ਇੰਟਰਨੈਟ ਤੇ ਘੁੰਮਦੀਆਂ ਨੇ ਕਿ ਬਈ ਇੰਨੇ ਇਸ ਕਾਲਜ ਦੇ ਵਿੱਚੋਂ ਇੰਨੇ ਬੱਚਿਆਂ ਨੇ ਰਿਫਿਊਜੀ ਸ਼ਰਨ ਲਈ ੜੀ ਆ ਉਹ ਕੈਨੇਡਾ ਦੇ ਵਿੱਚ ਲੈ ਲਈਏ ਇਸ ਕਾਲਜ ਦੇ ਵਿੱਚ ਉਹ ਗਿਣਤੀ ਹਜ਼ਾਰ ਹੈ ਆ ਇੱਕ ਕਿਸੇ ਤੋਂ 700 ਹੈ ਕਿਸੇ ਤੋਂ 500 ਹੈ ਆਖਰਕਾਰ ਇੰਨੀ ਗਿਣਤੀ ਵੱਧ ਕਿਉਂ ਰਹੀ ਹੈ ਤੇ ਨਾਲ ਦੀ ਨਾਲ ਮਾਸ ਡੈਪੂਟੇਸ਼ਨ ਉਹਦਾ ਖਤਰਾ ਕਿਉਂ ਮੰਡਰਾ ਰਿਹਾ ਇਸ ਵਕਤ ਸੋਈ ਸਾਰਾ ਕੁਝ ਹੁੰਦਾ ਕੀ ਤੇ ਕਿਦਾਂ ਬਰ ਕਰੂਗਾ ਅਮਨ ਖੈਰਾ ਜੀ ਸੀਡਬਲਯੂ ਸੀਮਿੰਗ ਰਿਸ਼ ਤੋਂ ਸਾਡੇ ਨਾਲ ਨੇ ਖੈਰਾ ਸਾਹਿਬ ਸਸਕਾਲ ਜੀ ਬਹੁਤ ਸਵਾਗਤ ਹੈ ਥੈਂਕ ਯੂ ਥੈਂਕ ਯੂ ਬਈ ਜੀ ਬਈ ਜੀ ਇਹ ਕੀ ਹੈ ਸਾਰਾ ਰੌਲਾ ਰੱਪਾ ਜੀ ਇਹ ਕਿਉਂ ਮਸਲਾ ਇਦਾਂ ਦਾ ਬਣ ਰਿਹਾ ਤੇ ਇਹ ਜਿਹੜੀ ਕਾਲਜਾਂ ਚ ਬੱਚੇ ਪੜਨ ਆਉਂਦੇ ਨੇ ਪਰ ਆ ਕੇ ਰਿਫਿਊਜੀ ਸ਼ਰਤ ਦੇ ਵਿੱਚ ਇਹਨਾਂ ਵਾਅਦਾ ਕਿਉਂ ਮਿਲਦਾ ਪਿਆ ਕੀ ਸੌਖਾ ਹੋ ਗਿਆ ਕੋਈ ਸਰਕਾਰ ਨੇ ਸਖਾਲਾ ਕਰਤਾ ਇਹਦੇ ਦੋ ਕਾਰਨ ਨੇ ਬਈ ਜੀ ਇੱਕ ਤਾਂ ਇਹ ਕਾਰਨ ਹੈਗਾ ਵੀ ਸਟੂਡੈਂਟਸ ਨੂੰ ਜਿਹੜੇ ਕੈਨੇਡਾ ਦੇ ਵਿੱਚ ਦਾਖਲ ਹੁੰਦੇ ਨੇ ਉਹਨਾਂ ਨੂੰ ਕੋਈ ਰਾਹ ਨਹੀਂ ਲੱਭ ਰਿਹਾ ਵੀ ਇਸ ਇਮੀਗ੍ਰੇਸ਼ਨ ਲੈਣੀ ਕਿਵੇਂ ਕਿਉਂਕਿ ਉਹ ਇੰਟੈਂਟ ਤਾਂ ਹੁੰਦਾ ਹੀ ਹੈ ਉਹਨਾਂ ਦਾ ਨਿਊ ਇੰਟੈਂਟ ਹੈ ਵੀ ਉਹ ਕੈਨੇਡਾ ਆ ਕੇ ਇਮੀਗ੍ਰੇਸ਼ਨ ਹਾਸਲ ਕਰ ਸਰਕਾਰ ਦੀ ਆਪਣੀ ਗਲਤੀ ਵੀ ਬਹੁਤ ਵੱਡੀ ਹੈ ਸੋ ਪਹਿਲਾ ਕਾਰਨ ਤਾਂ ਇਹ ਹੀ ਹੈ ਵੀ ਸਟੂਡੈਂਟਸ ਨੂੰ ਇਮੀਗ੍ਰੇਸ਼ਨ ਦਾ ਕੋਈ ਕੰਕ੍ਰੀਟ ਪਲਾਨ ਨਹੀਂ ਹੈ ਪਰ ਇਹਦਾ ਮਤਲਬ ਵੀ ਪੜਾਈ ਛੱਡ ਕੇ ਰਿਫਿਊਜੀ ਸ਼ਰਨ ਲੈ ਲੈਣੀ ਬਿਕਾਜ਼ ਜਿਹੜਾ ਜਿਹੜੀ ਤੁਸੀਂ ਪ੍ਰੋਟੈਕਸ਼ਨ ਹਾਸਲ ਕਰਨੀ ਉਹਦਾ ਟੈਸਟ ਬਹੁਤ ਬਹੁਤ ਲੋ ਰੱਖਿਆ ਹੋਇਆ ਹੈ ਸੌਖਾ ਸੌਖਾ ਜੇ ਤੁਸੀਂ ਮੀਟ ਕਰਨਾ ਉਹ ਟੈਸਟ ਉਚਾ ਉਹ ਸੋਖ ਨਾ ਤਾਂ ਕੋਈ ਪੁਆਇੰਟ ਸਿਸਟਮ ਹੈ ਤੁਸੀਂ ਇਹ ਸਾਬਤ ਕਰਨਾ ਹੈ ਵੀ ਤੁਹਾਡੇ ਕੋਲ ਕੋਈ ਸਟੇਟ ਪ੍ਰੋਟੈਕਸ਼ਨ ਨਹੀਂ ਹੈਗੀ ਔਰ ਤੁਹਾਨੂੰ ਪ੍ਰੋਟੈਕਸ਼ਨ ਦੀ ਰਿਕੁਆਇਰਮੈਂਟ ਹੈ ਉਹ ਜੇ ਜਿਹੜੀ ਕੰਟਰੀ ਆਫ ਨੈਸ਼ਨੈਲਿਟੀ ਹੈ ਉਹ ਤੁਹਾਨੂੰ ਇਹ ਪ੍ਰੋਟੈਕਸ਼ਨ ਦੇ ਨਹੀਂ ਸਕਦੀ ਔਰ ਤੁਸੀਂ ਕਿਉਂਕਿ ਇੱਕ ਪਾਰਟਿਕੂਲਰ ਕਿਸੇ ਰੇਸ ਕਾਸਟ ਕਿਸੇ ਪਾਰਟਿਕੂਲਰ ਰਿਲੀਜੀਅਸ ਬੀਲੀਫਸ ਨੇ ਤੁਹਾਡੇ ਜਾਂ ਕਿਸੇ ਪਾਰਟਿਕੂਲਰ ਮੂਵਮੈਂਟ ਦਾ ਹਿੱਸਾ ਤੁਸੀਂ ਹੈਗੇ ਹੋ ਕਿਸੇ ਵੀ ਕਿਸਮ ਦੇ ਤੁਹਾਡੇ ਜਿਹੜੇ ਇੰਡੀਪੈਂਡੈਂਟ ਥਾਟ ਹੋ ਸਕਦੀ ਹੈ ਵਿਚਾਰ ਹੋ ਸਕਦੇ ਨੇ ਉਹਨਾਂ ਨੂੰ ਰਿਸਕ ਹੈ ਜਾਂ ਫੀਅਰ ਆਫ ਪਰਸੀਕਿਊਸ਼ਨ ਹੈ जिदे ਕਰਕੇ ਤੁਸੀਂ ਕੰਟਰੀ ਆਫ ਨੈਸ਼ਨੈਲਿਟੀ ਚ ਵਾਪਸ ਨਹੀਂ ਜਾ ਸਕਦੇ ਔਰ ਤੁਸੀਂ ਉੱਥੇ ਸੌਕੇ ਨਹੀਂ ਰਹਿਣਾ ਔਰ ਕਿਉਂਕਿ ਸਰਕਾਰ ਜਿਹੜੀ ਹੈ ਤੁਹਾਨੂੰ ਸਟੇਟ ਪ੍ਰੋਟੈਕਸ਼ਨ ਦੇ ਨਹੀਂ ਸਕਦੀ ਇਹ ਨਹੀਂ ਹੈਗਾ ਵੀ ਜੇ ਪੰਜਾਬ ਚ ਤੁਹਾਨੂੰ ਰਿਸਕ ਹੈ ਤੇ ਤੁਸੀਂ ਜਾ ਕੇ ਯੂਪੀ ਚਲੇ ਜਾਓ ਉੱਥੇ ਵੀ ਤੁਸੀਂ ਵੀਡ ਆਊਟ ਹੋਵੋਗੇ ਜਿਵੇਂ ਫੋਰ ਐਗਜ਼ਾਮਪਲ ਆਪਾਂ ਸਿੱਖਾਂ ਆਪਣੀ ਇੱਕ ਪਹਿਚਾਨ ਜੇ ਆਪਾਂ ਦਸਤਾਰ ਸਜਾਈ ਹੋਈ ਹੈ ਸੋ ਚਾਹੇ ਆਪਾਂ ਯੂਪੀ ਚਾਹੇ ਆਪਾਂ ਬਿਹਾਰ ਚਾਹੇ ਮੱਧਿਆ ਪ੍ਰਦੇਸ਼ ਚ ਆਪਾਂ ਵੀਡ ਆਊਟ ਹੋ ਸਕਦੇ ਆ ਸੋ ਇਸ ਕਰਕੇ ਜਿਹੜੀ ਇਹ ਇਹ ਦਾ ਜਿਹੜਾ ਟੈਸਟ ਰੱਖਿਆ ਸਰਕਾਰ ਨੇ ਜਾਂ ਇਹਦੀ ਜਿਹੜੀ ਫੀਅਰ ਆਫ ਪਰਸੀਕਿਊਸ਼ਨ ਹੈ ਇਹਦਾ ਟੈਸਟ ਸੌਖਾ ਰੱਖਿਆ ਹੋਇਆ ਔਰ ਜਿਹੜਾ ਕਿ ਮੀਟ ਕਰਨਾ ਬਹੁਤ ਸੌਖਾ ਹੋ ਜਾਂਦਾ ਔਰ ਰਿਫਿਊਜੀ ਜਿਹੜੀਆਂ ਐਪਲੀਕੇਸ਼ਨਸ ਨੇ ਉਹ ਸਕਸੈਸਫੁਲ ਵੀ ਹੋ ਰਹੀਆਂ ਨੇ ਜਿਹੜੀ ਕਰਕੇ ਇੱਕ ਦੀ ਐਪਲੀਕੇਸ਼ਨ ਸਕਸੈਸਫੁਲ ਹੁੰਦੀ ਹੈ ਤਾਂ 50 ਬੰਦੇ ਹੁੰਦੇ 50 ਬੰਦੇ ਲਾਈਨ ਅਪ ਕਰਦੇ ਨੇ ਪਰ ਇਸ ਆਮਨੇ ਸਰਕਾਰ ਬੰਦ ਕਰ ਦੂ ਜਾਂ ਫਿਰ ਔਖਾ ਕਰੂਗੀ ਕਿਉਂਕਿ ਜਿੰਨੀ ਗਿਣਤੀ ਵਧ ਰਹੀ ਹੈ ਹੁਣ ਜੀ ਬੱਚੇ ਪੜਨ ਆਉਂਦੇ ਆ ਪਰ ਉਹ ਰੀਸੈਂਟਲੀ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਨੰਬਰ ਮੇਰੇ ਖਿਆਲ 15 ਤੋਂ 20000 ਤੱਕ ਪਹੁੰਚ ਚੁੱਕਿਆ ਕੈਨੇਡਾ ਦੇ ਵਿੱਚ ਜਿਹੜੇ ਹੁਣ ਤੱਕ ਰਿਫਿਊਜੀ ਸ਼ਰਨ ਲੈ ਚੁੱਕੇ ਆ ਆਏ ਇੱਥੇ ਪੜਨ ਪਰ ਅਸੀਂ ਸਿਰਫ ਇੱਕ ਉਹ ਵੀ ਭੇਡ ਚਾਲ ਦੇ ਵਿੱਚ ਹੀ ਚੱਲ ਚੱਲ ਕੇ ਆਪਣੀ ਪੜ੍ਹਾਈ ਸਾਰਾ ਕੁਝ ਪਿੱਛੇ ਛੱਡ ਕੇ ਤੇ ਕੱਲੀ ਪੀਆ ਦੀ ਸਾਰਾ ਕੁਝ ਥੋੜਾ ਹੋ ਗਿਆ ਜਾਂ ਸਿਰਫ ਪੱਕਿਆਂ ਹੋਣਾ ਹੀ ਸਾਰਾ ਕੁਝ ਕਿਦਾਂ ਹੋ ਗਿਆ ਪੜ੍ਹਾਈ ਲਿਖਾਈ ਕਰਨੀ ਕੁਝ ਇੱਕ ਆਪਣੀ ਪਹਿਚਾਨ ਬਣਾਉਣੀ ਇੱਕ ਮਕਾਮ ਹਾਸਲ ਕਰਨਾ ਉਹ ਵੀ ਤੇ ਚੀਜ਼ਾਂ ਜ਼ਿੰਦਗੀ ਚ ਚੱਲਣੀਆਂ ਚਾਹੀਦੀਆਂ ਇੱਕ ਪੀਆਰ ਨੂੰ ਇੰਡੀ ਵੱਡੀ ਤਵਜੂਹ ਦੇ ਦੇਣੀ ਕੀ ਇਹ ਠੀਕ ਆ ਤੁਹਾਨੂੰ ਲੱਗਾ ਨਹੀਂ ਭਾਈ ਜੀ ਇਹ ਜਿਹੜੀ ਦੇਖੋ ਇਹ ਇਹ ਜਿਹੜੇ ਨੰਬਰਸ ਨੇ ਨਾ ਇਹ जगਜਾਹਰ ਨੇ ਹੁਣ ਕੋਈ ਸਟੂਡੈਂਟ ਅੱਜ ਕੈਨੇਡਾ ਦੇ ਵਿੱਚ ਦਾਖਲ ਹੁੰਦਾ ਤੋ ਅਖਬਾਰ ਚੋਂ ਖਬਰ ਪੜ੍ਹਦਾ ਵੀ 9 ਲੱਖ ਸਟੂਡੈਂਟ ਸਰਕਾਰ ਲੈ ਆਈ ਕੈਨੇਡਾ ਚ ਹਾਂ ਤੋਂ ਨਾਲ ਇਹ ਵੀ ਖਬਰ ਪੜਦਾ ਵੀ ਸਰਕਾਰ ਨੇ ਇਮੀਗ੍ਰੇਸ਼ਨ ਜਿਹੜੀ ਆ 50000 ਉਹ ਦਿੱਤੀ ਇਟ ਮੀਨਸ ਜਿਹੜਾ 8.5 ਲੱਖ ਸਟੂਡੈਂਟ ਹੈ ਉਹ ਕਰੂਗਾ ਕੀ ਔਰ ਉਹ ਤੋਂ ਬਾਅਦ ਮਨਿਸਟਰ ਇਹ ਕਹਿ ਦਿੰਦੇ ਨੇ ਵੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਸਾਡੀ ਕੋਈ ਗਾਰੰਟੀ ਨਹੀਂ ਹੈ ਜੇ ਤੁਸੀਂ ਸਟੱਡੀ ਵੀਜ਼ਾ ਤੇ ਆਉਨੇ ਹੋ ਤੁਸੀਂ ਸਿਰਫ ਪੜਨ ਆਉਨੇ ਹੋ ਔਰ ਸਾਡੀ ਇਮੀਗ੍ਰੇਸ਼ਨ ਦੇਣਾ ਕੋਈ ਰਿਸਪੌਂਸਿਬਿਲਟੀ ਨਹੀਂ ਹੈ ਸੋ ਇਹ ਉਸ ਉਸ ਦਰਦ ਦੇ ਵਿੱਚੋਂ ਇਹ ਸਟੈਪ ਨਿਕਲ ਦੇ ਨੇ ਯੈਸ ਮੈਂ ਉਹਦੇ ਦੀ ਆ ਰਿਹਾ ਸੀ ਹੁਣ ਜੇ ਕੋਈ ਅੱਜ ਇਹ ਸਟੂਡੈਂਟ ਪੜ ਲੈਂਦਾ ਹੈ ਖਬਰ ਔਰ ਫਿਰ ਉਹ ਆਪਣੇ ਸੀਨੀਅਰ ਸਟੂਡੈਂਟਸ ਨੂੰ ਦੇਖਦਾ ਜਿਹੜੇ 2017 ਦੇ ਸਟੂਡੈਂਟ ਆਏ ਨੇ ਉਹ ਅੱਜ ਵੀ ਸਟਰਗਲ ਕਰ ਰਹੇ ਨੇ ਸਰਕਾਰ ਨੇ ਦੋ ਬਲੈਂਕਟ ਅਪਰੂਵਲ ਦੇ ਦਿੱਤੀ ਅੰਡਰ ਦਾ ਕਾਰਪਟ ਉਹਨਾਂ ਨੇ ਮਸਲੇ ਨੂੰ ਕਰਤਾ ਦੋ ਵਾਰ ਉਹਨਾਂ ਨੂੰ 18-18 ਮਹੀਨੇ ਦੀ ਅਪਰੂਵਲ ਦੇ ਦਿੱਤੀ ਵੀ ਕੰਮ ਕਰੋ ਕੈਨੇਡਾ ਚ ਬਿਕੋਜ਼ ਕੈਨੇਡਾ ਚ ਬੰਦਿਆਂ ਦੀ ਲੋੜ ਆ ਤਾਂ ਹੁਣ ਸਰਕਾਰ ਨੂੰ ਪੋਜੀਸ਼ਨ ਬਦਲਣੀ ਪਊ ਬਿਕੋਜ਼ ਕੈਨੇਡਾ ਚ ਚੰਗਾ ਇਮਪਲੋਇਮੈਂਟ ਰੇਟ ਵੱਧ ਗਿਆ ਸੋ ਹੋਊਗਾ ਕਿ ਜਿਹੜਾ ਉਹ ਸਟੂਡੈਂਟ ਉਹ ਡਰ ਜਾਂਦਾ ਵੀ ਜੇ ਮੈਂ ਪੜ ਵੀ ਲਿਆ ਤਾਂ ਪਹਿਲਾਂ ਤਾਂ ਮੈਂ 40000 ਫੀਸ ਭਰੂੰਗਾ ਕਾਲਜ ਦੀ ਫਿਰ ਉਹ ਤੋਂ ਬਾਅਦ ਮ ਇਰਫਾ ఓਪਨ ਪਰਮਿਟ ਜੇ ਮੈਂ ਰਿਫਿਊਜੀ ਐਪਲੀਕੇਸ਼ਨ ਦਾਇਰ ਕਰੂੰਗਾ ਤਾਂ ਮੈਨੂੰ ਕੀ ਮਿਲੇਗਾ ఓਪਨ ਪਰਮਿਟ ਡੇ 1 ਮੈਨੂੰ ਸੇਮ ਜਿਹੜੀ ਮੈਡੀਕਲ ਕਵਰੇਜ ਆ ਉਹ ਸੇਮ ਮਿਲੇਗੀ ਮੈਂ ਜੇ ਕੋਈ ਵੈਲਫੇਅਰ ਲੈਣਾ ਚਾਹਾਂ ਜੇ ਮੈਨੂੰ ਕੰਮ ਕਰਨ ਦਾ ਮਨ ਨਹੀਂ ਆਇਆ ਜਾਂ ਮੈਂ ਕਰ ਨਹੀਂ ਸਕਦਾ ਕਪੇਬਲ ਨਹੀਂ ਆ ਕੋਈ ਰੀਜ਼ਨ ਹੈਗਾ ਜਿਵੇਂ ਕੈਨੇਡੀਅਨ ਤੇ ਪਰਮਨੈਂਟ ਰੈਜ਼ੀਡੈਂਟ ਨੂੰ ਬੈਨੀਫਿਟ ਮਿਲ ਸਕਦਾ ਉਹ ਸਾਰੇ ਬੈਨੀਫਿਟ ਅਵੇਲ ਕਰ ਸਕਦਾ ਡੇ 1 अच्छा स्टूडेंट ਤੇ ਦੂਜੀ ਤਲਵਾਰ ਲਟਕਦੀ ਹੈਗੀ ਇਹ ਜਿਹੜੀ ਮਿਨਿਸਟਰ ਕਹਿ ਰਿਹਾ ਵੀ ਅਸੀਂ ਵੀਡ ਆਊਟ ਕਰਾਂਗੇ ਜਿਹੜੇ ਸਟੂਡੈਂਟ ਐਕਟਿਵਲੀ ਪਰਸੂ ਨਹੀਂ ਕਰਾਂਗੇ ਤਾਂ ਅਸੀਂ ਹੋ ਸਕਦਾ ਮਾਸ ਡੈਪੂਟੇਸ਼ਨ ਵੀ ਕਰ ਦਈਏ। ਅੱਛਾ ਇਹ ਵੀ ਉਹਨੂੰ ਦਿਖਦਾ ਕਿਉਂਕਿ ਜਿਹੜੀ ਕਾਨੂੰਨ ਹੈ ਉਹ ਇੰਨਾ ਸਖਤ ਹੈ ਜੇ ਤੁਸੀਂ ਕਾਲਜ ਐਕਟਿਵਲੀ ਸਟੱਡੀ ਪਰਸੂ ਨਹੀਂ ਕਰ ਰਹੇ ਤਾਂ ਕਾਲਜ ਖੁਦ ਹੀ ਇਨਫੋਰਮ ਕਰ ਦਿੰਦਾ ਇਮੀਗ੍ਰੇਸ਼ਨ ਨੂੰ ਵੀ ਇਹ ਪੜ ਨਹੀਂ ਰਿਹਾ ਤੇ ਚੁੱਪਚੀ ਬੀਤੇ ਤੁਹਾਨੂੰ ਕੈਨੇਡਾ ਚੋਂ ਬਾਹਰ ਕੱਢ ਦਿੱਤਾ ਜਾਂਦਾ ਥੋੜਾ ਪਾਸਪੋਰਟ ਫੜ ਲਿਆ ਜਾਂਦਾ ਔਰ ਉਹ ਤੋਂ ਬਹੁਤ ਤੁਹਾਨੂੰ ਡੈਪੂਟੇਸ਼ਨ ਦੇ ਕੇ ਬਾਹਰ ਕੱਢਤਾ ਜਾਂਦਾ ਬਹੁਤ ਬੱਚੇ ਐਕ ਕਵਰਨਟਿਨ ਨਹੀਂ ਆਪਾਂ Yes of course ਹਰੇਕ ਸਟੂਡੈਂਟ ਜਿਹੜਾ ਹੈਗਾ ਮੀਡੀਆ ਦੇ ਅੱਗੇ ਨਹੀਂ ਆਉਂਦਾ ਇਹ ਜਿਹੜੀ ਰਿਮੂਵਲ ਪ੍ਰੋਸੈਸ ਹੈ ਇਹ ਆਨ ਗoing ਪ੍ਰੋਸੈਸ ਹੈ ਔਰ ਲਾਰਜ ਨੰਬਰ ਚ ਰਿਮੂਵਲਸ ਹੋ ਰਹੀਆਂ ਨੇ ਇਹ ਇਨਸਾਈਡ ਕੈਨੇਡਾ ਭਈ ਇਸ ਤਰੀਕੇ ਨਾਲ ਬਣੂਗਾ ਕਿ ਦੇਸ਼ ਦਾ ਹੁਣ ਇੱਥੇ ਜੇ ਸਰਕਾਰ ਨੇ ਇਸ ਚੀਜ਼ ਨੂੰ ਸੀਰੀਅਸਲੀ ਨਾ ਲਿਆ ਤੁਸੀਂ ਇੱਕ ਪਾਸੇ ਬੱਚਿਆਂ ਨੂੰ ਡਰਾਈ ਜਾ ਰਹੇ ਹੋ ਉਹੀ ਬੱਚੇ ਨੇ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਵਿੱਚ 30 40000 50000 ਡਾਲਰ ਫੀਸਾਂ ਦੇ ਰੂਪ ਵਿੱਚ ਇਸ ਦੇਸ਼ ਨੂੰ ਹੀ ਦੇਣਾ ਕਮਾਲ ਕਿ ਇੱਥੇ ਇਸ ਦੇਸ਼ ਨੂੰ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਜਾਣਾ ਹੁਣ ਉਹ ਪੈਸਾ ਜਿਹੜਾ ਆ ਹਟ ਕੇ ਦੂਜੇ ਪਾਸੇ ਜਾਈ ਜਾਊਗਾ ਪਰ ਇਹਦੇ ਨਾਲ ਸੁਸਾਇਟੀ ਕਿਦਾਂ ਦੀ ਬਣੇਗੀ ਜਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਮਾਜ ਕਿਦਾਂ ਦਾ ਬਣੇਗਾ ਕਿਉਂਕਿ ਇੱਕ ਵਾਰੀ ਪੜ੍ਹਾਈ ਲਿਖਾਈ ਵਾਲਾ ਸਮਾਂ ਉੱਥੋਂ ਨਿਕਲ ਗਿਆ ਮੁੜ ਕੇ ਬੱਚਾ ਪੜ੍ਹਦਾ ਨਹੀਂ ਜੀ ਪੜਨ ਵਾਲ ਨਹੀਂ ਮੁੜਦਾ ਹਾਂ ਉਹ ਪੱਕਿਆਂ ਹੋਣ ਵਾਲ ਮੁੜ ਜੂ ਵੱਡਾ ਕਾਰੋਬਾਰੀ ਬਣ ਜੂਗਾ ਪਰ ਪੜ੍ਹਾਈ ਲਿਖਾਈ ਜਿਹੜੀ ਸਾਰੀ ਉਮਰ ਇੱਕ ਚੀਜ਼ ਨਾਲ ਰਹਿਣੀ ਉਤੋਂ ਤੇ ਉਹ ਵਾਂਝਾ ਰਹਿ ਗਿਆ ਉਹਦੇ ਵਿੱਚ ਕਾਲਜਾਂ ਯੂਨੀਵਰਸਿਟੀ ਦਾ ਵੀ ਨੁਕਸਾਨ ਦੇਸ਼ ਨੂੰ ਵੀ ਪੈਸਾ ਮਿਲਣਾ ਸੀਗਾ ਉਹ ਤੇ ਸਾਰਾ ਕੁਝ ਇੱਕ ਪਾਸੇ ਹੋ ਗਿਆ ਬਿਲਕੁਲ ਜੀ ਇਹਦੇ ਜਿਹੜੇ ਨੁਕਸਾਨ ਨੇ ਉਹ ਕਾਫੀ ਨੇ ਜਿਵੇਂ ਤੁਸੀਂ ਜ਼ਿਕਰ ਕਰ ਲਿਆ ਪਰ ਇਹਦੇ ਵਿੱਚ ਜਿਹੜਾ ਜਿਹੜਾ ਕਰ ਕਿਉਂ ਰਹੇ ਨੇ ਇਹ ਇੰਪੋਰਟੈਂਟ ਸੋਚਣ ਵਾਲ ਵਿਚਾਰ ਕਰਨ ਵਾਲੀ ਚੀਜ਼ ਹੈ ਸਾਡੇ ਆਫਿਸ 'ਚ ਵੀ ਕਿਉਂਕਿ ਅਸੀਂ ਆਥਰਾਇਜ਼ਰ client ਨੂੰ ਅਪੀਲ ਕਰਨ ਲਈ ਅਸੀਂ অথরাইਜ਼ ਆ ਸਾਡਾ ਆਫਿਸ ਤੋਂ ਜਦੋਂ ਕਿਸੇ ਕਲਾਇੰਟ ਦਾ ਸਕਸੈਸਫੁਲ ਸਟੋਰੀ ਹੁੰਦੀ ਹੈ ਤੋਂ ਫਰਦਰ ਲੈ ਕੇ ਆਉਂਦੇ ਸਾਨੂੰ ਤਾਂ ਪਤਾ ਵੀ ਇਨਾ ਲਾਰਜ ਨੰਬਰ ਆਫ ਸਟੂਡੈਂਟਸ ਘੁੰਮ ਰਹੇ ਨੇ ਜਿਨ੍ਹਾਂ ਨੂੰ ਇਮੀਗ੍ਰੇਸ਼ਨ ਸੋਲੂਸ਼ਨ ਮਿਲ ਨਹੀਂ ਰਿਹਾ ਨਾ ਉਹਨਾਂ ਨੂੰ ਜੌਬਸ ਮਿਲ ਰਹੀਆਂ ਨੇ ਨਾ ਉਹਨਾਂ ਨੂੰ ਇਹ ਜੀ ਜੌਬ ਮਿਲ ਰਹੀ ਹੈ ਜਿਹੜੀ ਉਹਨਾਂ ਨੇ ਇਮੀਗ੍ਰੇਸ਼ਨ ਦਵਾ ਸਕੇ ਔਰ ਸਭ ਤੋਂ بڑا ਦੁਸ਼ਮਣ ਹੁੰਦਾ ਉਹਨਾਂ ਦਾ ਟਾਈਮ ਜਦੋਂ ਉਹ ਪ੍ਰੈਸ਼ਰ ਚ ਆਉਂਦੇ ਨੇ ਤੋਂ ਉਹਨੂੰ ਲੱਗਦਾ ਵੀ ਜੇ ਅਸੀਂ ਰਿਫਿਊਜੀ ਅੱਜ ਐਪਲੀਕੇਸ਼ਨ ਦਾਇਰ ਕਰਤੀ ਤਾਂ ਸਾਡੀ ਐਪਲੀਕੇਸ਼ਨ 4 ਸਾਲ ਤੱਕ ਵੈਸੇ ਹੀ ਕਿਸੇ ਨੇ ਪੁੱਛਣਾ ਨਹੀਂ ਬਿਲਕੁਕੁਲ ਤਾਂ 4 ਸਾਲ ਮੈਂ ਇੱਥੇ ਰਹੂੰਗਾ ਸੇਫ ਹੋ ਗਏ 4 ਸਾਲਾਂ ਦੇ ਵਿੱਚ ਜੇ ਮੇਰਾ ਕੁਝ ਨਾ ਕੁਝ ਕੈਨੇਡਾ 'ਚ ਹੋ ਗਿਆ ਜਾਂ ਮੇਰੀ ਪ੍ਰਲੌਂਗ ਸਟੇ ਲੰਬੀ ਹੋ ਗਈ ਤਾਂ ਮੈਂ ਦਫਾ 25 ਦੇ ਅੰਦਰ ਹਿਊਮਨਿਟੇਰੀਅਨ ਕਪੈਸ਼ਨ ਕਰਾਂ ਉਹ ਇੱਕ ਹੋਰ ਐਪਲੀਕੇਸ਼ਨ ਕਰ ਦੂੰ ਉਸ ਤੋਂ ਬਾਅਦ ਜੇ ਮੈਂ ਰਿਫਿਊਜੀ ਅਪੀਲ ਡਿਵੀਜ਼ਨ ਵੀ ਹੈਗੀ ਹੈ ਜੇ ਮੈਂ IRB ਜੋ ਕੇਸ ਹਾਰ ਗਿਆ ਤਾਂ ਮੈਂ ਰਿਫਿਊਜੀ ਅਪੀਲ ਡਿਵੀਜ਼ਨ ਜਬੀਲ ਕਰ ਦੂਗਾ ਉਸ ਤੋਂ ਬਾਅਦ ਜੇ ਮੇਰਾ 1 ਸਾਲ ਦਾ ਪੀਰੀਅਡ ਐਲੈਪਸ ਹੋ ਗਿਆ ਫਿਰ ਮੈਂ ਪ੍ਰਾ ਵੀ ਕਰ ਦੂਗਾ ਪ੍ਰੀ ਰਿਮੂਵ ਰਿਸਕ ਅਸੈਸਮੈਂਟ ਫੈਡਰਲ ਕੋਰਟ ਜੁਡੀਸ਼ੀਅਲ ਰਿਵਿਊ ਸੀ ਕਾਲ ਨੂੰ ਸੋ ਇੱਕ ਚੈਨਲ ਬਣਿਆ ਹੋਇਆ ਅਪੀਲਸ ਦਾ ਜਿਹੜਾ ਕਿ ਤੁਸੀਂ ਆਪਣੇ ਤੁਹਾਡਾ ਰਾਈਟ ਬਣਦਾ ਤੁਸੀਂ ਆਪਣਾ ਰਾਈਟ ਇਸਤੇਮਾਲ ਕਰ ਸਕਦੇ ਹੋ ਸੋ ਜੇ ਅੱਜ ਸਟੂਡੈਂਟ ਅਪਲਾਈ ਕਰਦਾ ਤਾਂ ਹੋ ਸਕਦਾ ਉਹਨਾਂ 6 ਤੋਂ 7 ਸਾਲ ਲੱਗਣਗੇ ਸਰਕਾਰ ਨੂੰ ਉਹਨੂੰ ਰਿਮੂਵ ਕਰਨ ਦੇ ਉੱਤੇ ਕੈਨੇਡਾ ਤੋਂ ਹੂੰ ਸੋ 6-7 ਸਾਲ ਦਾ ਪੀਰੀਅਡ ਵੀ ਬਹੁਤ ਲੰਬਾ ਹੋ ਜਾਂਦਾ ਹੈ ਕੈਨੇਡਾ ਜੇ ਕੋਈ ਰਹਿ ਜਾਂਦਾ ਸੋ ਇਸ ਕਰਕੇ ਸਟੂਡੈਂਟ ਨੂੰ ਇਹ ਲਾਲਚ ਹੁੰਦਾ ਵੀ ਮੈਂ ਇਹ ਕੰਟਰੀ 'ਚ ਆਇਆ ਹੋਇਆ ਜੇ ਬਜਾਇ ਮੈਂ 40000 ਫੀਸ ਭਰੂੰਗਾ ਤੇ ਮੈਂ ਜਿਹੜੇ ਮੇਰੇ ਸੀਨੀਅਰ ਨੇ ਉਹਨਾਂ ਨੂੰ ਮੈਂ ਹਾਲ ਦੇਖਿਆ ਵੀ ਉਹਨਾਂ ਨੂੰ ਡਿਗਰੀਆਂ ਤਾਂ ਫੜਾਤੀਆਂ ਪਰ ਉਹ ਡਿਗਰੀਆਂ ਦੀ ਵੈਲਿਊ ਕੋਈ ਨਹੀਂ ਹੈਗੀ ਕੈਨੇਡਾ 'ਚ ਉਹਨਾਂ ਨੂੰ ਜੌਬ ਨਹੀਂ ਮਿਲੀ ਪਲੱਸ ਉਹਨੂੰ ਇਮੀਗ੍ਰੇਸ਼ਨ ਨਹੀਂ ਮਿਲ ਰਹੀ ਉਹ ਖੁਦ ਦਰਦਰ ਦੀ ਠੋਕਰਾਂ ਖਾ ਰਹੇ ਨੇ ਤੋ ਮੈਂ ਇਹ ਰਸਤਾ ਕਿਉਂ ਬਣਾਵਾ ਜਦਕਿ ਮੈਂ ਅਪਰਾ ਇੱਕ ਹੋਰ ਲਾਈਨ ਅਪ 'ਤੇ ਖੜਾ ਹੋ ਕੇ 100% ਜ਼ਿੰਮੇਵਾਰ ਤੇ ਸਰਕਾਰ ਹੀ ਆ ਨਾ ਜੀ ਉਹਨਾਂ ਨੂੰ ਰਸਤਾ ਨਹੀਂ ਬਖਾਈ ਕਿ ਫਿਰ ਉਹਨਾਂ ਨੂੰ ਜਿਹੜਾ ਰਸਤਾ ਵੀ ਮਿਲਿਆ ਉਹਨਾਂ ਨੇ ਫਿਰ ਉਧਰ ਦੀ ਨਿਕਲ ਲਾਈ ਹ ਹੁਣ ਰੀਸੈਂਟ ਐਕਸਪ੍ਰੈਸੈਂਟਰੀ ਡਰਾਪ 560 ਕਾਠਾਂ ਦਾ ਹੁਣ ਉਹ ਕਿੱਥੇ ਜਾਣਗੇ ਬੱਚੇ ਫਿਰ ਤੁਸੀਂ ਇਸ ਤਰੀਕੇ ਨਾਲ ਡਰਾਈ ਜਾਣਾ ਉਹ ਪੁਆਇੰਟਸ ਪੂਰੇ ਨਹੀਂ ਕਰ ਸਕਦੇ ਉਹ ਕਿੰਨਾ ਸਮਾਂ ਰਹਿਣ ਫਿਰ ਉਹ ਇਦਾਂ ਦੇ ਰਸਤੇ ਅਪਣਾਉਣਗੇ ਫਿਰ ਅਸੀਂ ਉਸ ਦੇ ਚਾਰਟ ਰਿਲੀਜ਼ ਕਰਕੇ ਜੀ ਬੱਚੇ ਕਾਲਜਾਂ ਤੋਂ ਚੱਲ ਗਏ ਤੁਸੀਂ ਬੱਚਿਆਂ ਨੂੰ ਮਜਬੂਰ ਕਰਦੇ ਪਏ ਕਿ ਕਾਲਜ ਛੱਡ ਕੇ ਦੂਜੇ ਪਾਸਿਆਂ 'ਚ ਜਾਣ ਕਿਉਂ ਨਹੀਂ ਜਾਣਗੇ ਬਿਲਕੁਲ ਸਰਕਾਰ ਨੇ ਜਿਹੜਾ ਆਲਟਰਨੇਟ ਦਿੱਤਾ ਉਹ ਦਿੱਤਾ ਵੀ ਤੁਸੀਂ ਜੀ ਵਰਕ ਪਮੜ ਦੇ ਨਾਲ ਨਾਲ ਤੁਸੀਂ ਹੋਰ ਪੜਾਈ ਪੜ ਲਓ ਮੀਨਜ਼ ਹੋਰ ਫੀਸ ਦੋ ਹੂੰ ਕੁਝ ਯੂ نو ਆਪਣੇ ਆਪਣੀ ਡਿਗਰੀ ਐ ਡਿਪਲੋਮਾ ਨੂੰ ਅਪਗ੍ਰੇਡ ਕਰ ਲਓ ਸਟੈਪ ਵਧੀਆ ਪਰ ਕੀ ਸਟੂਡੈਂਟੇ ਕਰਨਗੇ ਜਦੋਂ ਦੇਖਦੇ ਨੇ ਪੈਰਲਲ ਟੂ ਥਿਸ ਜਿਵੇਂ ਜਿਹੜੀ ਪੁਰਾਣੀ ਸਰਕਾਰ ਸੀ ਕੰਜ਼ਰਵੇਟਿਵ ਦੀ ਉਹ ਇਸੇ ਤਰ੍ਹਾਂ ਨਾ ਰਿਫਿਊਜੀ ਜਿਹੜਾ ਪ੍ਰੋਗਰਾਮ ਸੀ ਪਹਿਲਾਂ ਵੀ ਬਹੁਤ ਬੜਾ ਕੰਟ੍ਰੋਵਰਸ਼ੀਅਲ ਪ੍ਰੋਗਰਾਮ ਰਿਹਾ ਹੈ ਬਿਕੋਜ਼ ਉਦੋਂ ਵੀ ਜਿਹੜਾ ਬੈਕਲੌਗ ਸੀ ਉਹ ਇੰਨਾ ਵੱਧ ਗਿਆ ਸੀ ਵੀ ਅੱਜ ਐਪਲੀਕੇਸ਼ਨ ਦਾਇਰ ਕਰੋ ਪ੍ਰੋਟੈਕਸ਼ਨ ਦੀ ਤੁਹਾਨੂੰ 6 ਐ ਸੱਤ ਸਾਲ ਲੱਗਦੇ ਸੀ ਕੈਨੇਡਾ ਦੇ ਵਿੱਚੋਂ ਰਿਮੂਵ ਕਰ ਦੇ ਲਈ ਜਾਂ ਡਿਸੀਜ਼ਨ ਹੋਣ ਦੇ ਲਈ ਤੋਂ ਉਹਨਾਂ ਨੇ ਰਿਫਿਊਜੀ ਜਿਹੜੇ ਜੇਸਨ ਕੈਨੀ ਮਿਨਿਸਟਰ ਹੁੰਦੇ ਸੀ ਉਹਨਾਂ ਨੇ ਰਿਫਿਊਜੀ ਰਿਫਾਰਮ ਐਕਟ ਲਿਆਂਦਾ ਜਿਹਦੇ 'ਚ ਉਹਨਾਂ ਨੇ ਕਿਹਾ ਵੀ ਜਿਹੜਾ ਫੈਸਲਾ ਉਹ 90 ਦਿਨਾਂ 'ਚ ਹੋਇਆ ਕਰੂਗਾ ਪਰ ਆ ਜਿਹੜੀ 1 ਸਾਲ ਬਾਅਦ ਅਪਲਾਈ ਕਰ ਸਕਦੇ ਇਮੀਡੀਏਟਲੀ ਨਹੀਂ ਕਰ ਸਕਦੇ ਤੋਂ ਚੈਨਲਜ਼ ਨੂੰ ਘਟਾਇਆ ਜੀ ਔਰ ਉਹਦੇ ਫੈਸਲੇ ਜਿਹੜੇ ਸੀ ਉਹ ਜਲਦੀ ਹੋਣ ਲੱਗ ਗਏ ਸੋ ਜੇ ਤੁਹਾਨੂੰ ਪਤਾ ਵੀ ਮੇਰਾ ਕਲੇਮ ਫੇਕ ਹੈ ਔਰ ਮੇਰਾ ਫੈਸਲਾ 90 ਦਿਨਾਂ ਚ ਹੋ ਜਾਊਗਾ ਕੀ ਤੁਸੀਂ ਐਪਲੀਕੇਸ਼ਨ ਕਰੋਗੇ ਬਿਲਕੁਲ ਨਹੀਂ ਕਰੋਗੇ ਕਿਉਂਕਿ ਤੁਹਾਡੇ ਕੋਲ ਤਾਂ 90 ਦਿਨ ਨੇ ਪਰ ਅੱਜ ਜੇ ਪਤਾ ਤੁਹਾਨੂੰ ਵੀ ਮੈਨੂੰ 4 ਸਾਲ ਲੱਗਣਗੇ ਤੁਹਾਡੀ ਐਪਲੀਕੇਸ਼ਨ ਰੀਅਲ ਹੈ ਅਨਰੀਅਲ ਹੈ ਫੇਕ ਹੈ ਉਹਦਾ ਡਿਸੀਜਨ ਤਾਂ ਬਹੁਤ ਅੱਗੇ ਜਾ ਕੇ ਹੋਣਾ ਸੋ ਰਿਫਿਊਜੀ ਦੇ ਨੰਬਰਸ ਫਿਰ ਹੋਰ ਵੀ ਵਧਣਗੇ ਜੀ ਬਿਲਕੁਲ ਬਈ ਜੀ ਹਾਲੇ ਤਾਂ ਸਰਕਾਰ ਜਦੋਂ ਇਹ ਅਨਾਉਂਸਮੈਂਟਸ ਕਰਦੀ ਹੈ ਉਹ ਇੱਕ ਹੋਰ ਵੀ ਬੜੀ ਪ੍ਰੋਬਲਮ ਆਉਣ ਲੱਗੀ ਹੈ ਜੇ ਸਰਕਾਰ ਨੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਾ ਐਕਸਟੈਂਡ ਕੀਤਾ ਬਲੈਂਕਟ ਅਪਰੂਵਲ ਨਾ ਦਿੱਤੀ ਤਾਂ ਲੱਖਾਂ ਹੀ ਸਟੂਡੈਂਟ ਹੈ ਬਾਈ ਜੀ ਜਿਹੜਾ ਜਿਹਨੂੰ ਜਿਹਨੂੰ ਆਪਣਾ ਸਟੇਟਸ ਬਚਾਉਣ ਲਈ ਪੰਜ ਰਸਤੇ ਬਣਾਉਣੇ ਪੈਣਗੇ ਉਹਨਾਂ ਚੋਂ ਇੱਕ ਰਸਤਾ ਇਹ ਵੀ ਹੋ ਸਕਦਾ ਹੈ ਵੀ ਉਹ ਸੋਚਣ ਵੀ ਅਸੀਂ ਕਿਉਂ ਆਪਣਾ ਵਿਜ਼ਟ ਐਕਸਟੈਂਸ਼ਨਲ ਲਾਉਣੀ ਹੈ ਕਿਉਂ ਨਵੀਂ ਐਲ ਐਮ ਆਈ ਲੈਣੀ ਹੈ ਕਿ ਉਹ ਐਸਪੀਐਨਪੀ ਦੇ ਥਰੂ ਜਾਣਾ ਹੈ ਕਿਉਂ ਅਸੀਂ ਜਿਹੜਾ ਹੈਗਾ ਸੈਲਫ এমਪਲੋਇਡ ਜਾਂ ਇੰਟਰਪ੍ਰੈਨਰ ਆਪਣਾ ਬਿਜ਼ਨਸ ਬਾਈ ਕਰੀਏ ਔਰ ਇਸ ਕੇ ਲਈ ਆਪਣਾ ਸਟੇਟਸ ਐਕਸਟੈਂਡ ਕਰ ਲੂ ਆਪਾਂ ਚੁੱਪ ਚੁੱਪ ਵੀ ਤੇ ਰਿਫਿਊਜੀ ਐਪਲੀਕੇਸ਼ਨ ਕਰੋ ਔਰ 4 ਜਾਂ 5 ਸਾਲ ਦੀ ਆਪਣੀ ਕੈਨੇਡਾ ਚ ਸਟੇ ਹੋਗੀ ਔਰ ਆਪਾਂ ਉਹੀ ਸਾਰੇ ਪਰਕਸ ਇੰਜੋਏ ਕਰਾਂਗੇ ਤੋ ਜੇ ਸਾਨੂੰ 5 ਸਾਲਾਂ ਬਾਅਦ ਕੱਢ ਵੀ ਇੱਥੇ ਰਹੂਗਾ ਆਪਾਂ ਇਨਾਫ ਪੈਸੇ ਕਮਾ ਲਾਂਗੇ ਆਪਾਂ ਹਿੰਦੁਸਤਾਨ ਜਾ ਕੇ ਆਪਣਾ ਬਿਜ਼ਨਸ ਸਟਾਰਟ ਕਰ ਲਾਂਗੇ ਇਹ ਵੀ ਇੱਕ ਥਾਟ ਪ੍ਰੋਸੈਸ ਮੈਂ ਨਹੀਂ ਕਹਿੰਦਾ ਕਰੋ ਮੈਂ ਕਹਿੰਦਾ ਵੀ ਇਹ ਲੋਕਾਂ ਦਾ ਹੀ ਥਾਟ ਪ੍ਰੋਸੈਸ ਹੈ ਪ੍ਰੋਗਰਾਮ ਤਾਂ ਇਸ ਲਈ ਬਣਿਆ ਹੈ ਸੌਫਟ ਇਸ ਲਈ ਬਣਾਇਆ ਵੀ ਚਾਹੇ ਚਾਹੇ ਤਾਂ ਤੁਹਾਨੂੰ ਸਟੇਟ ਜਿਵੇਂ ਦੋ ਤਰ੍ਹਾਂ ਦੇ ਇਹ অপਸ਼ਨਸ ਹੁੰਦੀਆਂ ਨੇ ਜੇ ਕਿਸੇ ਨੇ ਪ੍ਰੋਟੈਕਸ਼ਨ ਹਾਸਲ ਕਰਨੀ ਹੈ ਇਮੀਗ੍ਰੇਸ਼ਨ ਹਾਸਲ ਕਰਨੀ ਹੈ ਰਿਫਿਊਜੀ ਪ੍ਰੋਗਰਾਮ ਦੇ ਅੰਦਰ ਪਹਿਲੇ ਤਾਂ ਉਹ ਇੰਡੀਵਿਜੂਅਲ ਨੇ ਜਿਹੜੇ ਜਿਹਨੂੰ ਕੈਨੇਡਾ ਮੰਨ ਲੈਂਦਾ ਵੀ ਇਹ ਪ੍ਰੋਟੈਕਟਡ ਪਰਸਨ ਜਾਂ ਇਹ ਇਹਨਾਂ ਨੂੰ ਜਿਵੇਂ ਵਾਰ ਕ੍ਰਾਈਮਸ ਦੇ ਥੱਲੇ ਨੇ ਇਫੈਕਟਡ ਨੇ ਤੇ ਇਹ ਇਹ ਰਿਫਿਊਜੀਸ ਅਸੀਂ ਇਹਨਾਂ ਨੂੰ ਸਪਾਂਸਰਸ਼ਿਪ ਦਿੰਨੇ ਆ ਦੂਜੀ ਸਪਾਂਸਰਸ਼ਿਪ ਹੁੰਦੀ ਆ ਗਰੁੱਪ ਆਫ 5 ਹੂੰ ਤੀਜਾ ਆਪਸ਼ਨ ਹੁੰਦਾ ਯੂਐਨਐਚਸੀਆਰ ਤੁਹਾਨੂੰ ਰეკਮੈਂਡੇਸ਼ਨ ਦੇ ਦਿੰਦਾ ਇਹ ਤਾਂ ਉਹ ਰਿਫਿਊਜੀਸ ਨੇ ਜਿਹੜੇ ਕੈਨੇਡਾ ਤੋਂ ਬਾਹਰ ਰਹਿ ਰਹੇ ਨੇ ਹੂੰ ਔਰ ਕੈਨੇਡਾ ਐਜ਼ ਅ ਰਿਫਿਊਜੀ ਬਣ ਕੇ ਅਪਰੂਵਡ ਪ੍ਰੋਟेक्टेड ਪਰਸਨ ਬਣ ਕੇ ਕੈਨੇਡਾ ਦਾਖਲ ਹੁੰਦੇ ਨੇ ਦੂਜੇ ਉਹ ਬੰਦੇ ਨੇ ਜਿਹੜੇ ਕੈਨੇਡਾ 'ਚ ਹੀ ਰਹਿ ਰਹੇ ਨੇ ਉਹਨਾਂ ਦੀ ਐਪਲੀਕੇਸ਼ਨ ਦਾ ਸਰਕਾਰ ਨੇ ਇੰਨੀ ਸੌਖੀ ਕਰਤੀ ਵੀ ਤੁਹਾਨੂੰ CBSA ਅਫੀਸਰ ਅੱਗੇ ਵੀ ਨਹੀਂ ਜਾਣਾ ਹੈਗਾ ਤੁਸੀਂ ਆਨਲਾਈਨ ਹੀ ਕਲੇਮ ਫਾਈਲ ਕਰ ਸਕਦੇ ਹੋ ਅੱਛਾ ਉੱਥੇ ਹੀ ਹੋ ਜਾਓ ਸੋ ਤੁਸੀਂ ਆਪਣਾ ਰਿਪਰੈਜ਼ੈਂਟੇਟਿਵ ਹਾਇਰ ਕਰੋ ਜੋ ਰਿਪਰੈਜ਼ੈਂਟੇਟਿਵ ਤੁਸੀਂ ਆਪਦੀ ਦੱਸੋ ਵੀ ਸਿਚੁਏਸ਼ਨ ਕੀ ਹੈ ਤੁਹਾਨੂੰ ਕਿਸ ਤਰ੍ਹਾਂ ਦੀ ਪ੍ਰੋਟੈਕਸ਼ਨ ਹਟ ਕੀਆ ਫਿਰ ਪਰਸੇਕਿਊਸ਼ਨ ਕੀਆ ਤੁਸੀਂ ਜ਼ਾਹਰ ਕਰੋ ਔਰ ਆਨਲਾਈਨ ਅਪਲੀਕੇਸ਼ਨ ਦਾਇਰ ਕਰੋ ਔਰ ਆਨਲਾਈਨ ਹੀ ਵਰਕ ਪਰਮਿਟ ਹਾਸਲ ਕਰੋ ਬਿਲਕੁਲ ਤੋ ਫਿਰ ਕਿਉਂ ਨਹੀਂ ਕਰਨਗੇ ਚਲੋ ਬਈ ਜੀ ਸਮਾਪਤਾ ਤੁਹਾਡਾ ਬਹੁਤ ਧੰਨਵਾਦੀ ਸ਼ੁਕਰੀ ਸੋ ਇਹਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਵੱਲੋਂ ਇਨਾ ਹੀ ਦਿੱਖਤ ਰੂ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ